ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸਨ ਸਵਰਗੀ ਸ਼੍ਰੀ ਹਰਬੰਸ ਲਾਲ ਠਕੁਰਾਲ ਜੀ। ਸ਼੍ਰੀ ਹਰਬੰਸ ਲਾਲ ਜੀ ਬਹੁਤ ਹੀ ਚੰਗੇ ਸਹਿਨਸ਼ੀਲਤਾ ਵਰਤੀ ਵਾਲੇ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੀ ਸ਼ਰਧਾਵਾਨ ਸਨ। ਹਰ ਇੱਕ ਗਰੀਬ ਦੀਨ ਦੁਖੀ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਮੌਜੂਦਾ ਸਮੇਂ ਵਿੱਚ ਵੀ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਬੀਤੇ ਦਿਨ ਸ਼੍ਰੀ ਹਰਬੰਸ ਲਾਲ ਠਕੁਰਾਲ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪੰਜਾਂ ਤੱਤਾਂ ਵਿੱਚ ਲੀਨ ਹੋ ਗਏ। ਇਹਨਾਂ ਦੇ ਪਰਿਵਾਰ ਵੱਲੋਂ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਗਰੁੜ ਪ੍ਰਾਣ ਪਾਠ ਜੀ ਦੇ ਭੋਗ ਡੇਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਪਾਏ ਗਏ। ਸ਼੍ਰੀ ਹਰਬੰਸ ਲਾਲ ਠਕੁਰਾਲ ਜੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਵਿਜੇ ਕਾਲੜਾ, ਪ੍ਰਧਾਨ ਫੈਡਰੇਸ਼ਨ ਆਫ ਆਰਟ ਅਤੇ ਐਸੋਸੀਏਸ਼ਨ ਪੰਜਾਬ, ਨੀਲਮ ਰਾਣੀ ਠਕੁਰਾਲ ਪਤਨੀ, ਹਰਬਿੰਦਰ ਪਾਲ ਠਕੁਰਾਲ, ਰੀਨਾ ਰਾਣੀ ਭਰਾ ਭਰਜਾਈ, ਦੀਪਕ ਠਕੁਰਾਲ ਅਨੀਤਾ ਪੁੱਤਰ ਨੂੰ, ਮਨੀਸ਼ ਠਕੁਰਾਲ ਨਾਜ਼ੀਆ ਪੁੱਤਰ ਨੂੰ, ਈਸ਼ਾ ਵਿਸ਼ਾਲ ਚਾਵਲਾ ਧੀ ਜਵਾਈ, ਸ਼ਾਇਨਾ ਸੰਦੀਪ ਧੀ ਜਵਾਈ, ਜੈਤ ਪ੍ਰਿੰਸ ਧੀ ਜਵਾਈ, ਵਰੁਣ ਠਕੁਰਾਲ, ਤਰੁਣ ਠਕੁਰਾਲ ਭਤੀਜੇ, ਰਿਧਮ ਜੈਨਿਲ ਰਿਤਿਸ਼ ਮੈਜਿਲ ਪੋਤਰੇ ਅਤੇ ਸਮੂਹ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ। ਇਹਨਾਂ ਦੇ ਪਰਿਵਾਰ ਵੱਲੋਂ ਦੁੱਖ ਵਿੱਚ ਇਕੱਤਰ ਹੋਈ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਦੇਖੋ ਮਾਲਕ ਨੇ ਸਾਨੂੰ ਕਿੰਨਾ ਕੁਝ ਦਿੱਤਾ। ਕਈ ਵਾਰ ਮਨੁੱਖ ਦੇ ਕੋਲ ਧਨ ਨਾ ਹੋਵੇ, ਧੀਆਂ ਪੁੱਤਰ ਨਾ ਹੋਣ ਤੇ ਮਨੁੱਖ ਕਹਿੰਦਾ ਹੈ ਰੱਬ ਨੇ ਸਾਨੂੰ ਦਿੱਤਾ ਕੀ।
ਹੁਕਮ ਅਨੁਸਾਰ ਆਪ ਜੀ ਦਰ ਕਰਦੇ ਵਿਦਵਾਨ ਗੁਰਮੁਖ ਪਿਆਰੇ ਮਾਉ ਹਰਬੰਸ ਲਾਲ ਜੀ ਪਾਤਸ਼ਾਹ ਜੀ ਉਹ ਜਿੰਨੀ ਆਪ ਜੀ ਨੇ ਸਵਾਸਾਂ ਰੂਪੇ ਪੂੰਜੀ ਬਖਸ਼ਿਸ਼ ਕੀਤੀ ਸੀ ਉਤਨੀ ਹੀ ਪੂਰੀ ਕਰਦੇ ਹੋਏ ਕੁਝ ਦਿਨ ਪਹਿਲਾਂ ਪਰਲੋਕ ਹਮ ਕਰਦੇ ਸਨ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਘਰ ਦੀ ਸੁੱਖ ਸ਼ਾਂਤੀ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਉਹਨਾਂ ਸਾਰਾ ਹੀ ਪਰਿਵਾਰ ਰਲ ਮਿਲ ਕੇ ਇਕੱਤਰ ਹੋ ਕੇ ਪਾਤਸ਼ਾਹ ਜੀ ਨੂੰ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਹਰ ਜਸ ਕਥਾ ਕੀਰਤਨ ਹੋਇਆ ਹੈ ਪਾਤਸ਼ਾਹ ਜੀ ਉਸ ਪੜ੍ਹੀ ਸੁਣੀ ਗੁਰਬਾਣੀ ਦਾ ਫਲ ਭਾਵ ਉਸ ਵਿਚਲੇ ਰੂਹ ਬਖਸ਼ਿਸ਼ ਕਰਨਾ ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ ਪਿਛਲੇ ਸਾਰੇ ਹੀ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਕਾਲ ਵਿੱਚੋਂ ਦੁੱਖਾਂ ਨਿੰਦਰਾਂ ਕਲੇਸਾਂ ਪਾਪਾਂ ਨਿਧਨਾਂ ਦੇ ਨਾਸ ਕਰਨੇ ਆਪ ਜੀ ਦੀ ਭਜਨ ਬਾਣੀ ਦੇ ਪ੍ਰਤਾਪ ਕਰਨੇ ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ ਜੀਆਂ ਦਾ ਭਲਾ ਕਰਨਾ ਪਾਤਸ਼ਾਹ ਕਿਰਪਾ ਕਰਨੀ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੇ ਸੋਹਣੇ ਜਿਹੇ ਰੁਮਾਲੇ ਭੇਟ ਕੀਤੇ ਗਏ ਆਪ ਜੀ ਅੰਗੀਕਾਰ ਕਰਨੇ ਆਪਣੀ ਜ਼ਰੂਰਤ ਲੰਗਰ ਛਕ ਕੇ ਜਾਣਾ ਬੋਲਿਆ ਚੱਲਿਆ
ਉਹ ਮੈਂ ਇਹਨਾਂ ਨੂੰ ਕਹਿੰਦੇ ਸੀ ਇੱਥੇ ਬੋਲ ਦਿਓ। ਮੈਂ ਕਿਹਾ ਕਿਹੜੇ ਕਿਹੜੇ ਤੁਸੀਂ ਆਸ਼ਰਮ ਨੂੰ ਬੁੱਧਾ ਨੂੰ ਸਵਾਮੀ ਜੀ ਨੂੰ ਜਾਂ ਜਿੱਥੇ ਵੀ ਦੇਣਾ ਹੈ ਉਹਨਾਂ ਨੂੰ ਕਰਕੇ ਦੇ ਦਿਓ, ਉਹ ਅਨਾਊਂਸ ਕਰਨ ਦੀ ਲੋੜ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹਦੇ ਕਦਮ ਚੱਲ ਕੇ ਆ ਸਾਡੇ ਸਿਰ ਮੱਥੇ, ਕਿਉਂਕਿ ਦੁੱਖ ਵਿੱਚ ਸ਼ਾਮਲ ਹੋਇਆ ਦੁੱਖ ਕੱਢਦਾ। ਬਾਬਾ ਜੀ ਨੂੰ ਬੇਨਤੀ ਹੈ ਪ੍ਰਸ਼ਾਦ ਵੱਲੋਂ ਜੋ ਕੱਢਿਆ ਵੀ ਅੱਗੇ ਵੱਧ ਰਹੀ ਹੈ ਸਾਰਿਆਂ ਦਾ ਦਿਲ ਬੱਚੇ ਨੂੰ ਕਰਦਾ ਹੈ, ਕਿਉਂਕਿ ਦੁਕਾਨਾਂ ਤੋਂ ਬੰਦ ਆ ਬਾਬਾ ਦੇ ਸਾਹਮਣੇ ਜਾਣਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
Thank you.
देख कर देख
ਫਤਿਹ। ਸ੍ਰੀ ਭਗਵਤੀਏ ਸਹਾਏ ਵਾ ਸ੍ਰੀ ਭਗਵਤੀਏ ਕੇ ਪਾਤਸ਼ਾਹੇ ਦਸਵੇਂ ਪ੍ਰਥਮ ਭਗਵਤੀ ਸਿਮਰਕ ਹੈ ਸ੍ਰੀ ਗੁਰੂ ਨਾਨਕ ਦੇਵ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਸਿਮਰੋ ਸ੍ਰੀ ਹਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਪੁਜਾਏ ਗੁਰ ਤੇਗ ਬਹਾਦਰ ਸਿਮਰੈ ਘਰ ਨੌ ਨਿਧਿਆਏ ਸਭ ਖਾਈਏ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਧਾਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਿਦਾਸ ਜੀ ਕਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਪੰਜਾਂ ਪਿਆਰਿਆਂ ਦੋਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਟੀਆਂ ਤੱਪੀਆਂ ਸਤੀਆਂ ਜਿਨ੍ਹਾਂ ਗੁਰਮੁਖ ਪਿਆਰਿਆਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਸੁਣ ਕੇ ਅੰਦਰ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਜਿਨ੍ਹਾਂ ਸੀਤਾ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਟੋਕਰੀਆਂ ਲੁਹਾਈਆਂ ਚਰਕੜੀਆਂ ਵਿਚੜੇ ਤਨ ਆਰਿਆਂ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਸਿਰਕ ਕੇਸਾਂ ਸੁਹਾਸਾ ਸੰਗ ਨਿਭਾਇਆ ਤਿੰਨਾਂ ਸਿੰਘਾਂ ਸਿੰਘਣੀਆਂ ਭਟੰਗੀਆਂ ਮਹਾਂਪੁਰਖਾਂ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਪੰਜਾਂ ਤਖਤਾਂ ਅਤੇ ਹੋਰ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਕਿਤੇ ਆਵੇ ਜਿੱਥੇ ਆਉਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਤਾਂ ਨੇਕ ਨੇਕ ਫਤਿਹ ਨਿਰੁਕੀ ਪੈਜ ਪੰਥੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਪਾਲੇ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਭ ਦਾਨ ਭਰੋਸਾ ਦਾਨ ਦਾਨਾ ਸਿਰਨਾਮ ਦਾਨ ਸ੍ਰੀ ਅੰਮ੍ਰਿਤ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਸ੍ਰੀ ਵਾਹਿ ਗੁਰੂ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਰਾਰ ਅਤੇ ਸੇਵਾ ਸੰਭਾਲ ਦਾ ਨਾਮ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਯੋਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਪਵਿੱਤਰ ਮੁੱਖ ਵਾਕ ਹੈ ਜਿਹਾ ਜੀਵੀ ਲਿਖਿਆ ਤਿਹਾ ਹੁਕਮ ਕਮਾਹੇ ਘੱਲੇ ਆਇਆ ਨਾਨਕ ਸੱਸੇ ਉੱਠੀ ਜਾਹੇ ਰਾਣਾ ਰਾਵਣਾ ਕੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਦੇ ਮਹਾਂਵਾਕ ਅਨੁਸਾਰ ਆਪ ਜੀ ਦਾ ਕਰਦੇ ਵਿਦਵਾਨ ਗੁਰਮੁਖ ਪਿਆਰੇ ਮਉ ਹਰਬੰਸ ਲਾਲ ਜੀ ਪਾਤਸ਼ਾਹ ਜੀਓ ਜਿੰਨੀ ਆਪ ਜੀ ਸਵਾਸਾਂ ਰੂਪੇ ਪੂੰਜੀ ਬਖਸ਼ਿਸ਼ ਕੀਤੀ ਸੀ ਉਸਨੇ ਇਹ ਪੂਰੀ ਕਰਦੇ ਹੋਏ ਕੁਝ ਦਿਨ ਪਹਿਲਾਂ ਪਰਲੋਕ ਗਮਨ ਕਰਦੇ ਸਨ ਉਹਨਾਂ ਦੀ ਰੂਹ ਦੀ ਕਲਿਆਣ ਵਾਸਤੇ ਘਰ ਦੀ ਸੁੱਖ ਸ਼ਾਂਤੀ ਵਾਸਤੇ ਪਰਿਵਾਰ ਦੇ ਭਲੇ ਵਾਸਤੇ ਉਹਨਾਂ ਸਾਰਾ ਹੀ ਪਰਿਵਾਰ ਰਲ ਮਿਲ ਕੇ ਇਕੱਤਰ ਹੋ ਕੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ ਦੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਉਪਰੰਤ ਹਰ ਜਸ ਕਥਾ ਕੀਰਤਨ ਹੋਇਆ ਹੈ ਪਾਤਸ਼ਾਹ ਜੀ ਉਸ ਪੜ੍ਹੀ ਸੂਈ ਗੁਰਬਾਣੀ ਦਾ ਫਲ ਭਾਵ
ਉਸ ਵਿਚਲੇ ਗੁਰੂ ਨੂੰ ਬਖਸ਼ਿਸ਼ ਕਰਨਾ, ਆਪਣੇ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਿਛਲੇ ਸਾਰੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਕਾਲੇ 'ਚੋਂ ਦੁੱਖਾਂ ਦਰਿਦਰਾਂ ਕਲੇਸ਼ਾਂ ਪਾਪਾਂ ਨਿਹਨਾਂ ਦੇ ਨਾਸ ਕਰਨੇ, ਆਪ ਜੀ ਦੀ ਭਜਨ ਬਾਣੀ ਦੇ ਪ੍ਰਤਾਪ ਕਰਨੇ, ਸਿਰ 'ਤੇ ਮਿਹਰਾਂ ਭਰਿਆ ਹੱਥ ਰੱਖਣਾ, ਜੀਆਂ ਦਾ ਭਲਾ ਕਰਨਾ, ਪਾਤਸ਼ਾਹ ਕਿਰਪਾ ਕਰਨੀ। ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੇ ਸੋਹਣੇ ਜਰਮਾਲੇ ਭੇਟ ਕੀਤੇ ਗਏ, ਆਪ ਜੀ ਅੰਗੀਕਾਰ ਕਰਨੇ, ਸੇਵਕਾਂ ਦੇ ਲੋਕ ਸੁਖੀਏ ਪਰ ਲੋਕ ਸਹੇਲੇ ਕਰਨੇ, ਕੜਾਹ ਪ੍ਰਸ਼ਾਦੀਆਂ ਨੇਗਾਂ ਹਾਜ਼ਰ ਹਨ, ਆਪ ਜੀ ਦਾਤੇ ਪ੍ਰਵਾਨ ਕਰੋ, ਅਨੇਕ ਪ੍ਰਕਾਰ ਭੋਜਨ ਬਹੁ ਪੀਏ, ਬਹੁ ਵਿਅੰਜਨ ਮਿਸ਼ਟਾਏ, ਕਰੀ ਪਾਤਸ਼ਾਹ ਸੋਚ ਪਵਿੱਤਰਾ ਹੁੰਦਾਓ, ਭੋਗ ਹਰਾਏ ਬਾਬਾ ਜੀ ਆਪ ਜੀ ਭੋਗ ਲਾਓ, ਸੀਤਲ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਣੀ, ਆਈ ਸੰਗਤ ਦੀ ਹਾਜ਼ਰੀ ਦਾਤੇ ਪ੍ਰਵਾਨ ਕਰਨੀ, ਦਿਲ ਫੁੱਲ ਘਟਾਵਾਂ ਦਾਤੇ ਪ੍ਰਵਾਨ ਕਰਨੀਆਂ, ਕਦਮ ਕਦਮ ਲੇਖੇ ਚਲਾਉਣੇ, ਨਾਮ ਬਾਣੀ ਨਾਲ ਜੋੜਨਾ, ਆਪਣੇ ਚਰਨਾਂ ਨਾਲ ਜੋੜੀ ਰੱਖਣਾ, ਆਪਣੇ ਦਲੋਂ ਭਰੋ ਨਾਮਦਾਨ ਸਿੱਖੀ ਜੀਵਨ ਚੱਠੀਆਂ ਤਰ੍ਹਾਂ ਬਖਸ਼ਣੀਆਂ, ਆਈਆਂ ਸੰਗਤਾਂ ਨੂੰ ਪਵਿੱਤਰ ਹੁਕਮਨਾਮੇ ਬਖਸ਼ ਕੇ ਨਿਹਾਲ ਕਰੋ, ਆਪ ਜੀ ਦੇ ਦਾਤੇ ਜੋ ਜੀ ਆਵੇ ਸੋ ਰਾਜੀ ਖੁਸ਼ੀ ਜਾਵੇ, ਸੁੱਖ ਹੋਵੇ ਨਾਮ ਚਿੱਤੇ ਆਵੇ, ਸ੍ਰੀ ਗੁਰੂ ਨਾਨਕ ਨਾਮ ਜਪੀ ਕਰਾ ਤੇਰੇ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਸਦਾ ਚਲਾਇਓ ਮੰਤ, ਸਭ ਸਿਖਮ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਕਰ ਕੋ ਮਿਲ ਪੋਚੈ ਹੋ ਸ਼ਬਦ ਨੈ ਦੇ, ਰਾਜ ਕਰੇ ਕਾ ਖਾਲਸਾ ਸੁੱਖ ਮੈਂ ਆਨ ਬਹੁਤ ਮਿਲ ਬੈਠ
ਅਸੀਂ ਹਰਬੰਸ ਸਰਦਾਰ ਦਾ ਨਾਮ ਬੜੇ ਗਰਵ ਨਾਲ ਲੈ ਸਕਦੇ ਹਾਂ ਕਿ
ਸ਼ਰਧਾਂਜਲੀ
ਸਮਾਰੋਹ ਵਿੱਚ ਸਾਡੇ ਬਹੁਤ ਹੀ ਧਾਰਮਿਕ ਸ਼ਖਸੀਅਤਾਂ ਜਿਨ੍ਹਾਂ ਵਿੱਚੋਂ ਤੁਸੀਂ ਹੁਣੇ ਹੁਣੇ ਸਵਾਮੀ ਕਮਲਪੁਰੀ ਜੀ ਜੋ ਕਿ ਬਹੁਤ ਹੀ ਵੱਡਾ ਸਥਾਨ ਹੈ ਸ਼ੰਕਰਪੁਰੀ ਮਹਾਰਾਜ ਜੀ ਦਾ ਸਾਡੇ ਸੁਭਾਗਿਆਸ਼ਾਲੀ ਹੈ ਜ਼ਿਲ੍ਹਾ ਵਿਖੇ ਜਿੱਥੇ ਲੱਖਾਂ ਦੁਨੀਆਂ ਨਾਮਸਤਕ ਹੁੰਦੀਆਂ ਉਹਨਾਂ ਦੇ ਨਾਲ ਹੀ ਸਾਡੇ ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਦਿਵਿਆ ਜੀ ਜਿਹਨਾਂ ਦਾ ਅਸੀਂ ਵਿਚਾਰ ਰੱਖਦੇ ਸੀ ਕਿ ਉਹਨਾਂ ਦਾ ਇਸ ਪਰਿਵਾਰ ਦੇ ਨਾਲ ਬਹੁਤ ਨੇੜਲਾ ਸੰਬੰਧ ਹੈ। ਜਿਸ ਤਰ੍ਹਾਂ ਸਵਾਮੀ ਜੀ ਨੇ ਦੱਸਿਆ ਕਿ ਦੁਨੀਆਂ 'ਤੇ ਜੋ ਆਇਆ ਅਸੀਂ ਜਾਣਾ ਹੈ, ਸ਼੍ਰੀ ਰਾਮ ਜੀ ਗਏ, ਰਾਵਣ ਵੀ ਗਏ, ਗਰੀਬ ਭਾਵੀ ਦੇਵੀ ਦੇਵਤੇ ਜੋ ਵੀ ਆਇਆ ਉਸਨੇ ਇੱਕ ਦਿਨ ਜਾਣਾ ਕਿਉਂਕਿ ਬਹੁਤ ਅਟਲ ਹੈ। ਪਰ ਸਵਰਗ ਦੇ ਨਰਕ ਦੀ ਵਿਆਖਿਆ ਕਰਕੇ ਦੱਸੀ ਸਵਾਮੀ ਜੀ ਨੇ ਕਿ ਸਵਰਗ 'ਚ ਕੌਣ ਜਾਂਦਾ ਅਤੇ ਨਰਕ 'ਚ ਕੌਣ ਜਾਂਦਾ ਹੈ। ਨਾ ਕਿਸੇ ਨੇ ਨਰਕ 'ਚ ਆ ਕੇ ਵੇਖਿਆ ਵੱਡੇ ਵਡੇਰਿਆਂ ਨੇ ਅਤੇ ਨਾ ਹੀ ਅਸੀਂ ਵੇਖਿਆ, ਲੇਕਿਨ ਪਤਾ ਲੱਗਦਾ ਹੈ ਉਸਦੇ ਜਾਣ 'ਤੇ ਲੋਕਾਂ ਦੇ ਵਿੱਚ ਦੁੱਖ ਕਿੰਨਾ ਅਤੇ ਕੁਛ ਲੋਕਾਂ ਦੇ ਜਾਣ 'ਤੇ ਮਨ 'ਚ ਖੁਸ਼ੀ ਕਿੰਨੀ ਹੈ। ਕਿਉਂਕਿ ਮੂੰਹ ਤੋਂ ਤਾਂ ਦਰਿਆਵੀ ਲੋਕ ਅਸੀਂ ਕਿਸੇ ਨੂੰ ਬੁਰਾ ਭਲਾ ਨਹੀਂ ਕਹਿ ਸਕਦੇ, ਵੱਡੇ ਵਡੇਰੇ ਕਹਿੰਦੇ ਆ ਕਿ ਜਾਣ ਤੋਂ ਬਾਅਦ ਦੁਸ਼ਮਣ ਦੀ ਨਿਖੇਧੀ ਨਹੀਂ ਕਰਨੀ ਚਾਹੀਦੀ, ਪਰ ਪਤਾ ਲੱਗ ਜਾਂਦਾ ਕਿਹਦੇ ਜਾਣ 'ਤੇ ਲੋਕ ਚੰਗਾ ਸਮਝਦੇ ਆ ਅਤੇ ਕਿਹਨਾਂ ਦੇ ਜਾਣ 'ਤੇ ਹਮੇਸ਼ਾ ਦੁੱਖ ਮਹਿਸੂਸ ਕਰਦੇ ਹੈ। ਉਹ ਜੀ ਸ਼ਖਸੀਅਤਾਂ ਦੇ ਵਿੱਚੋਂ ਇੱਕ ਸ਼ਖਸੀਅਤ ਸਨ ਸ਼੍ਰੀ ਹਰਬੰਸ ਲਾਲ ਜੀ। ਇਹ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਕਿ ਮੇਰੇ ਨਜ਼ਦੀਕੀ ਰਿਸ਼ਤੇਦਾਰ ਹੈ, ਇਸ ਕਰਕੇ ਕਿ ਜਿਸ ਦਿਨ ਇਹਨਾਂ ਦੀ ਮੌਤ ਹੋਈ ਅੰਤਿਮ ਯਾਤਰਾ 'ਤੇ ਜਾ ਰਹੇ ਸੀ ਅਤੇ ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਸੀ, ਆਹ ਬੜਾ ਦਾਨੀ ਸੱਜਣ ਸੀ। ਅੱਜ ਇਸ ਸਥਾਨ 'ਤੇ ਅਸੀਂ ਬੈਠੇ ਹਾਂ, ਬਾਬਾ ਮਸਤਾ ਜੀ ਦਾ ਡੇਰੇ ਜੀ ਇਹਨਾਂ ਦੇ ਸੇਵਕ ਕਹਿ ਰਹੇ ਸੀ ਕਿ ਅਸੀਂ ਜਦੋਂ ਕੋਈ ਫੰਕਸ਼ਨ ਕਰਨਾ, ਸਲਾਨਾ ਸਮਾਰੋਹ ਕਰਨਾ ਤਾਂ ਸਾਨੂੰ ਉਹਨਾਂ ਨੇ ਕਹਿਣਾ ਕਿ ਖਰਚਾ ਦੱਸੋ ਕਿੰਨਾ, ਤੁਹਾਡੇ ਕੋਲ ਕਿੰਨਾ, ਜਿੰਨਾ ਘਰ ਦਾ ਸਾਰੇ ਲਿਆ। ਇੰਨੇ ਦਿਆਲੂ, ਇੰਨੇ ਦਾਨੀ, ਦੇਖੋ ਪੈਸਾ ਵੱਧ ਹੋਣਾ ਘੱਟ ਹੋਣਾ ਇੱਕ ਲਕਸ਼ ਹੀ ਹੈ, ਲੇਕਿਨ ਥੋੜ੍ਹਾ ਹੁੰਦਿਆਂ ਬਹੁਤਾ ਹੁੰਦਿਆਂ ਦਾਨ ਕਰਨਾ ਥੋੜ੍ਹੇ ਦਿਲ ਦਾ ਉਹ ਬਹੁਤ ਵੱਡੀ ਗੱਲ ਹੈ। ਮੈਂ ਗੱਲ ਕਰ ਰਿਹਾ ਸੀ ਦੀਦੀ ਹਮਾਰੇ ਬਚਾਅ ਕਰਨ ਵਾਲੇ ਡੀ ਸੀ ਜੀ ਨੂੰ ਕਹਿ ਰਹੇ ਸੀਗੇ, ਰਸੀ ਦੇ ਛੋਟੇ ਭਾਈ, ਮੈਂ ਕਿਹਾ ਭਸਲਾ ਆਪਣਾ ਡੀ ਸੀ ਕਾਕਾ ਦੇਖ ਲਾ ਅੱਧੇ ਤਾਂ ਲੋਕ ਉੱਠ ਗਏ ਆ, ਕਿਉਂਕਿ ਦੋ ਸ਼ੁਰੂ ਹੋਏ ਤੇ ਦਸ ਹੋ ਗਏ, ਦਸ ਤੋਂ ਵੀਹ ਹੋ ਗਏ। ਇਹਨਾਂ ਦਾ ਇਸ ਘਰ ਨਾਲ ਕੋਈ ਮਤਲਬ ਨਹੀਂ ਕਿ ਗੁਰੂ ਘਰ ਦੇ ਵਿਚਾਰ ਸੁਣ ਗਏ ਜਾਂ ਭਸਲਾ ਦੀ ਜੀਵਨੀ ਬਾਰੇ ਜੋ ਸੌਮੀ ਜੀ ਕਹਿ ਰਹੇ ਸੁਣ ਗਏ, ਉਹਨਾਂ ਦਾ ਹਾਜ਼ਰੀ ਲੋੜੀ ਤੁਹਾਡੇ ਮੱਥੇ ਰਹਿਣਾ ਸੀ ਕਿ ਮਾੜਾ ਹੋਇਆ ਅੱਜ ਮੈਂ ਆਇਆ ਕੱਲ੍ਹ ਗਿਰੇ ਆਉਂਗੇ। ਆਹ ਸਾਡੀ ਪ੍ਰਚਲਿਤ ਨੀਤੀ ਚੱਲੀ ਆਉਂਦੀ ਹੈ ਪਰਿਵਾਰਾਂ ਦੇ ਵਿੱਚ, ਇਹ ਚੰਗੀ ਗੱਲ ਨਹੀਂ। ਮੈਂ ਦੀਦੀ ਜੀ ਤੋਂ ਮਾਫੀ ਚਾਹੁੰਦਾ, ਤੁਹਾਡੇ ਪ੍ਰਵਚਨ ਸੁਣਨ ਨੂੰ ਬੜਾ ਮਨ ਕਰਦਾ ਸੀ, ਕਿਉਂਕਿ ਅਸੀਂ ਲੋਕ ਕਈ ਵਾਰੀ ਖਾਂਝੇ ਰਹਿ ਜਾਂਦੇ ਤੁਹਾਡੇ ਪ੍ਰਵਚਨਾਂ ਤੋਂ, ਅੱਜ ਵੀ ਰਹਿ ਗਏ ਹਾਂ। ਮੈਂ ਮਾਫੀ ਚਾਹੁੰਦਾ, ਮੈਂ ਗੱਲ ਕਰ ਰਿਹਾ ਸੀ ਹੰਸਲਾ ਜੀ ਬਾਰੇ ਕਿ ਜਿੰਨਾ ਵੀ ਇਸ ਪਰਿਵਾਰ ਬਾਰੇ ਕਿਹਾ ਜਾਵੇ ਬਹੁਤ ਥੋੜ੍ਹਾ ਹੈ, ਬੜਾ ਵੱਡਾ ਪਰਿਵਾਰ ਹੈ ਸਾਡੇ ਸਰਕਾਰ ਜੀ, ਚਾਚਾ ਜੀ ਸ਼੍ਰੀ ਜਗਦੀਸ਼ ਮਿੱਤਲ ਜੀ ਚੋੜਾ ਸਾਹਿਬ ਜੋ ਕਿ ਕਾਫੀ ਸਮਾਂ ਪਹਿਲਾਂ ਪਰਿਵਾਰ ਨੂੰ ਸਲੀਮ ਛੋੜਾ ਲੈ ਕੇ ਚਲੇ ਗਏ, ਉਹਨਾਂ ਦੇ ਭਾਈ ਸ਼੍ਰੀ ਸਤਪਾਲ ਠੁਕਰਾਲ ਜੀ, ਨੰਦ ਲਾਲ ਜੀ, ਅਮਰ ਲਾਲ ਜੀ, ਕਹਿੰਦਾ ਭਾਵ ਹੈ ਕਿ ਠੀਕ ਹੈ ਸਮੇਂ ਸਮੇਂ ਸਭ ਨੇ ਜਾਣਾ ਹੈ, ਪਰ ਅੱਜ ਹਰਬੰਸ ਲਾਲ ਜੀ ਦਾ ਜਾਣ ਦਾ ਸਮਾਂ ਨਹੀਂ ਸੀ, ਜਿਹੜਾ ਕਿ ਉਹ ਦੋ ਦਿਨ ਤੱਕ ਚੱਲਣਾ ਹੀ ਤਬੀਅਤ ਖਰਾਬ ਹੋਈ। ਬੱਚਿਆਂ ਨੇ ਬੜੀ ਮਿਹਨਤ ਕੀਤੀ, ਬੜੇ ਅੱਛੇ ਹੋਸਪਿਟਲਾਂ 'ਚੋਂ ਜਦੋਂ ਤੱਕ ਲੈ ਕੇ ਗਏ ਲੁਧਿਆਣੇ, ਪੋਲੀਓ ਚੈੱਕਅਪ ਕਰਾਇਆ, ਇਲਾਜ ਕਰਾਇਆ,
ਲੇਕਿਨ ਪਰਮਾਤਮਾ ਕੁਛ ਹੋਰ ਮੌਜੂਦ ਸੀ। ਮੈਂ ਕੱਲ੍ਹ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਇਹਨਾਂ ਬੱਚਿਆਂ ਨੂੰ, ਸਾਡੀ ਬੇਟੀ ਨੂੰ, ਉਹਨਾਂ ਦੀ ਧਰਮ ਪਤਨੀ ਸਾਡੇ ਭਾਬੀ ਜੀ ਨੂੰ ਅਤੇ ਬੱਚਿਆਂ ਨੂੰ ਬਲ ਬਖਸ਼ੇ ਕਿ ਜਿਹਨਾਂ ਨੀਹਾਂ 'ਤੇ ਸਾਡੇ ਭਾਈ ਸਾਹਿਬ ਰਮਸਲਾ ਜੀ ਚੱਲਦੇ ਰਹੇ ਆ, ਗੁਰੂ ਘਰ ਨਾਲ ਜੁੜੇ ਰਹੇ ਆ, ਸਿਰਫ ਕ੍ਰਿਸ਼ਨ ਮੰਦਰ ਜਾਣਾ, ਬਾਬੇ ਮਸਤਾਂ ਦੇ ਫੇਰੇ ਆਉਣਾ, ਉਹ ਵੀ ਗੁਰੂ ਘਰ ਜਿੱਥੇ ਜਿੱਥੇ ਵੀ ਆਸ਼ਰਮ ਦੇ ਵਿੱਚ ਜਾਣਾ, ਉਹਨਾਂ ਦਾ ਹਰ ਥਾਂ 'ਤੇ ਜਿਹੜਾ ਜਾ ਕੇ ਸਿਰ ਨਾਮਸ ਤੁਰਿਆ ਕਰਦੇ ਸੀ, ਚਰਨਾਂ ਦੇ ਵਿੱਚ ਚੁਕਿਆ ਕਰਦੇ ਸੀ। ਮੈਨੂੰ ਉਮੀਦ ਹੈ ਕਿ ਉਹਨਾਂ ਦੇ ਪਾਏ ਪੂਰਨਿਆਂ ਦੇ, ਉਹਨਾਂ ਦੇ ਸੰਸਕਾਰਾਂ ਦੇ ਮੁਤਾਬਕ ਬੱਚੇ ਬਹੁਤ ਲਾਏਗਾ। ਮੋਦੀ ਜੀ, ਦੀਪਕ ਜੀ, ਬੇਟੀ ਸਾਡੀ ਬੜੀ ਅੱਛੇ ਘਰ ਮੈਰਿਡ ਹੈ, ਭਾਬੀ ਜੀ, ਸਾਰਾ ਪਰਿਵਾਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੀ ਮੈਂ ਸਮਝਦਾ ਕੋਈ ਉਦਾਸ ਵੀ ਹੈ ਅਤੇ ਮਨ 'ਤੇ ਬੋਝ ਵੀ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਬੀਤੇਗਾ, ਪਰ ਪਰਮਪਿਤਾ ਪਰਮਾਤਮਾ ਅੱਗੇ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ, ਗੁਰੂ ਘਰ 'ਚ ਅਰਦਾਸ ਹੋਈ ਹੈ ਕਿ ਪਰਮਾਤਮਾ ਇਸ ਪਰਿਵਾਰ 'ਤੇ ਆਉਣ ਵਾਲੇ ਸਮੇਂ 'ਚ ਮਿਹਰ ਭਰਿਆ ਹੱਥ ਰੱਖੇਗਾ, ਇਹ ਪਰਿਵਾਰ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਦਾ ਹੋਏ ਉਹਨਾਂ ਦੇ ਨਾਮ ਨੂੰ ਰੋਸ਼ਨ ਕਰੇਗਾ। ਕੁਛ ਕਿਰਾਣਾ ਐਸੋਸੀਏਸ਼ਨ ਕੋਟੀ ਸਿੱਖਾਂ ਵੱਲੋਂ, ਕਿਰਾਣਾ ਐਸੋਸੀਏਸ਼ਨ ਜੀਰੇ ਵੱਲੋਂ, ਕਿਰਾਣਾ ਐਸੋਸੀਏਸ਼ਨ ਮਖੂ ਵੱਲੋਂ ਅਤੇ ਬਾਕੀ ਜਿਹੜੇ ਸਾਡੇ ਧਾਰਮਿਕ ਚਿਤਪੁਰੀ ਸੇਵਾ ਮੰਡਲ ਕੋਟੀ ਸਿੱਖਾਂ, ਸਾਡੇ ਸਰਵਕਾਰੀ ਮੰਦਰ ਵੱਲੋਂ, ਸਕੂਲ ਵੱਲੋਂ, ਹੋਰ ਜਿਹੜੇ ਸਾਡੇ ਧਾਰਮਿਕ ਸੰਸਥਾਵਾਂ, ਕ੍ਰਿਸ਼ਨਾ ਮੰਦਰ ਸਰਵਕਾਰੀ ਵੱਲੋਂ ਵੀ ਸ਼ੋਕ ਸੰਦੇਸ਼ ਆਏ ਹੈ। ਮੈਂ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਕਿਉਂਕਿ ਮੈਂ ਪਹਿਲਾਂ ਮਹਿਸੂਸ ਕਰਦਾ ਕਿ ਬੀਬੀਆਂ ਭਰਨਾ ਥੋੜ੍ਹਾ ਜਿਹਾ ਮੈਂ ਕਠੋਰ ਮਨ 'ਚ ਕਹਿ ਬੈਠਾ, ਪਰ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ, ਪਤਾ ਨਹੀਂ ਸਾਡੇ ਪਰਿਵਾਰ ਨੂੰ ਕੀ ਹੋ ਗਿਆ, ਅਸੀਂ ਵੇਖਦੇ ਹਾਂ ਤਕਰੀਬਨ ਆਉਣਾ ਪੈਂਦਾ, ਲੇਕਿਨ ਆਪਣੇ ਪਰਿਵਾਰਾਂ 'ਚ ਆ ਕੇ ਆਪਾਂ ਵਿਹੜੇ ਲਿਖ ਕੇ ਗੁਰੂ ਘਰ ਸਤਿਕਾਰ ਕਿਵੇਂ ਕਰਨਾ, ਗੱਲਾਂ ਕਰੀ ਜਾਂਦੇ ਹਾਂ, ਉਦੋਂ ਹੁਕਮਨਾਮਾ ਜਾਰੀ ਹੋ ਰਿਹਾ, ਉਦੋਂ ਅਸੀਂ ਗੱਲਾਂ ਕਰੀ ਜਾਂਦੇ ਕਿ ਮੌਕਾ ਦੁਬਾਰਾ ਨਹੀਂ ਮਿਲਣਾ। ਹਾਸੇ ਹੋ ਕੇ ਬੇਨਤੀ ਹੈ, ਮਾਫ਼ੀ ਚਾਹੁੰਦੇ ਹਾਂ ਕਿ ਜਦੋਂ ਗੁਰੂ ਘਰ ਆਓ ਪਿਆਰ ਸਤਿਕਾਰ ਦੇ ਨਾਲ ਮਾਣ ਇੱਧਰ ਲਾਓ, ਕਿਉਂਕਿ ਸਮਾਂ ਸਭ ਤੇ ਆਉਣਾ ਕਿ ਉਹ ਥਾਂ ਹੈ ਜਿੱਥੇ ਅਖੀਰ ਸਾਹਮਣੇ ਪਹੁੰਚਣਾ ਤੇ ਗੁਰੂ ਘਰ ਆ ਕੇ ਇਹ ਵੇਖਿਆ ਕਰੋ ਉਹਨਾਂ ਦੀ ਜੀਵਨੀ ਬਾਰੇ ਜੋ ਕੁਝ ਦੱਸ ਰਹੇ ਹੈ, ਅਸੀਂ ਰੋਕ ਲੈਂਦੇ ਜੇ ਕੋਈ ਚੰਗਾ ਦੱਸਦਾ ਮਾੜਾ ਬਣਿਆ ਤੇ ਆ ਕੇ ਚਾਹੀਦੇ, ਫਿਰ ਮਾਫ਼ੀ ਚਾਹੁੰਦੇ ਤੇ ਹਾਸੇ ਉੱਠ ਕੇ ਬੇਨਤੀ ਹੈ ਕਿ ਗੁਰੂ ਘਰ ਅੰਦਰ ਤਿਆਰ ਹੈ ਪਰਿਵਾਰ ਨੂੰ ਸਾਰਿਆਂ ਨੇ ਜਿੰਨੀ ਕੁ ਜ਼ਿਆਦਾ ਸ਼ਕਤੀ ਕਿਤਾਬ ਆਪਣੀ ਜ਼ਰੂਰਤ ਕਿਤਾਬ ਲੰਗਰ ਛਕ ਕੇ ਜਾਣਾ, ਬੋਲਿਆ ਚੱਲਿਆ ਮਾਫ਼। ਪਰਿਵਾਰ ਨੇ ਕੁਛ ਸੰਸਥਾਵਾਂ ਨੂੰ ਦਾਨ ਦੀ ਭੇਟਾ ਕੀਤੀ ਹੈ, ਉਹ ਮੈਂ ਇਹਨਾਂ ਨੂੰ ਕਹਿੰਦੇ ਸੀ ਇੱਥੇ ਬੋਲ ਦਿਓ, ਮੈਂ ਕਿਹਾ ਕਿਹੜੇ ਕਿਹੜੇ ਤੁਸੀਂ ਆਸ਼ਰਮ ਨੂੰ, ਬੁੱਧਾ ਨੂੰ, ਸਵਾਮੀ ਜੀ ਨੂੰ ਜਾਂ ਜਿੱਥੇ ਵੀ ਦੇਣਾ ਉਹਨਾਂ ਨੂੰ ਕਰਕੇ ਦੇ ਦਿਓ, ਉਹ ਨਾ ਉਸ ਕਰਨ ਦੀ ਲੋੜ ਨਹੀਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹਦੇ ਕਦਮ ਚੱਲ ਕੇ ਆ ਸਾਡੇ ਸਿਰ ਮੱਥੇ, ਕਿਉਂਕਿ ਦੁੱਖ ਵਿੱਚ ਸ਼ਾਮਲ ਹੋਇਆ ਦੁੱਖ ਘੜਦਾ ਹੈ। ਬਾਬਾ ਜੀ ਨੂੰ ਬੇਨਤੀ ਹੈ ਪ੍ਰਸ਼ਾਦ ਮਿਲੋ, ਜੋ ਕਰਦਿਆਂ ਵੀ ਅੱਗੇ ਵੱਧ ਰਹੇ ਹੈ, ਸਾਰਿਆਂ ਦਾ ਦਿਲ ਬੱਚੇ ਨੂੰ ਕਰਦਾ ਹੈ, ਕਿਉਂਕਿ ਟਿਕਾਣਾ ਬੰਦ ਦਾ ਬਾਬਾ ਆਪਣੇ ਸਾਹਮਣੇ ਜਾਣਾ। ਤੁਹਾਡਾ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।